ਸਾਹਿਬ ਦੀ ਗੱਲ ਕਰੀਏ, ਤੁਹਾਡੇ ਵੀ ਕਰੀਬੀ ਹੈ ਕੌਰ ਸਾਹਿਬ, ਲੇਕਿਨ ਭਗਵੰਤ ਮਾਨ ਦੇ ਕਰੀਬੀ ਨਹੀਂ ਬਣ ਪਾਏ ਅੱਜ ਤੱਕ। ਨਹੀਂ, ਬੀਬੀ ਦਾ ਵਾਅਦਾ ਹੋਏ ਕਿ ਇਨਸਾਫ ਮਿਲੇਗਾ ਲੋਕਾਂ ਨੂੰ, ਲੇਕਿਨ ਉਹ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦੇਖੋ, ਮੈਂ ਤੁਹਾਨੂੰ ਪਿੱਛੇ ਗੱਲ ਕਰਾਂ, ਸਾਰੀਆਂ ਚੀਜ਼ਾਂ ਯਕਦਮ ਹੀ ਹੋ ਸਕਦੀਆਂ। ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਐਸ ਆਪਣੇ ਆਪ ਸਕਸ਼ਮ ਹੈ ਸਾਰੀਆਂ ਸੀਟਾਂ 'ਤੇ ਚੁਣਾਵ ਲੜ ਕੇ ਉਹ ਸੀਟਾਂ ਜਿੱਤਣ ਦੇ ਵਿੱਚ, ਕਿਉਂਕਿ ਲੋਕਾਂ ਨੂੰ ਪਤਾ ਮੈਂ ਰੋਜ਼ ਲੋਕਾਂ ਦੇ ਵਿੱਚ ਹੀ ਰਹਿੰਦਾ ਹੈਗਾ। ਚੁਣਾਵ ਹੋਏ ਆ 5 ਸੀਟਾਂ ਦੇ ਵਿੱਚ, ਉਹਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਬਹੁਤ ਬੁਰੇ ਹਾਲਾਤ ਹੋਏ। ਠੀਕ ਠੀਕ ਹੈ, ਜਿਹੜੇ ਸਟੇਟਾਂ 'ਚ ਪਿਛਲੀ ਸਟੇਟਾਂ ਦੇ ਇਲੈਕਸ਼ਨ ਹੋਏ ਹੈਗੇ ਆ, ਉਹ ਦੇਖੋ ਅਸੀਂ ਉਸ ਇਲੈਕਸ਼ਨਸ ਨੂੰ ਕੋਈ ਇੰਟਰਨਲ ਰਣਨੀਤੀ ਦੇ ਤਹਿਤ ਛੋੜ ਹੀ ਦਿੱਤਾ ਹੈ। ਆਪਸ ਦੇ ਵਿੱਚ ਮਤਭੇਦ ਵੀ ਹੁੰਦੇ ਆ, ਕਿਉਂਕਿ ਜਦੋਂ ਕਹਿੰਦੇ ਭਾਂਡੇ ਜ਼ਿਆਦਾ ਹੋਣ 'ਤੇ ਭਾਂਡੇ ਖੜਕਦੇ ਵੀ ਹੈ, ਸੋ ਮਤਭੇਦ ਵੀ ਬਹੁਤ ਹੈ ਆਪਸ ਦੇ ਵਿੱਚ। ਜਿਵੇਂ ਕੌਰ ਸਾਹਿਬ ਦੀ ਗੱਲ ਕਰੀਏ, ਤੁਹਾਡੇ ਵੀ ਕਰੀਬੀ ਹੈ ਕੌਰ ਸਾਹਿਬ, ਲੇਕਿਨ ਭਗਵੰਤ ਮਾਨ ਦੇ ਕਰੀਬੀ ਨਹੀਂ ਬਣ ਪਾਏ ਅੱਜ ਤੱਕ। ਨਹੀਂ ਨਹੀਂ ਨਹੀਂ, ਐਸਾ ਨਹੀਂ ਹੈਗਾ, ਪਾਰਟੀ ਲਾਈਨ 'ਤੇ ਸਾਰੇ ਕੰਮ ਕਰ ਰਹੇ ਹੈ। ਕੌਰ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਹੈਗੇ, ਉਹ ਲੋਕਾਂ ਦੇ ਵਿੱਚ ਵੀ ਜਾ ਰਹੇ ਹੈ, ਕੰਮ ਕਰ ਰਹੇ ਹੈਗੇ। ਬਾਕੀ ਕਿਸੇ ਦੀ ਆਪਣੀ ਕੋਈ ਸੋਚ ਹੋ ਸਕਦੀ ਹੈ, ਐਸਾ ਮੇਰੇ ਖਿਆਲ 'ਚ ਤਾਂ ਨਹੀਂ ਹੈ। ਮਾਨ ਸਾਹਿਬ ਨਾਲ ਵੀ ਉਹਨਾਂ ਦੇ ਅੱਛੇ ਤਾਲੁਕਾਤ ਨੇ, ਮੇਰੇ ਨਾਲ ਹੈ ਅਤੇ ਸਭ ਦੇ ਨਾਲ ਹੋਣਗੇ, ਮੈਂ ਨਹੀਂ ਮੰਨਦਾ। ਲੇਕਿਨ ਗੱਲ ਕਰੀਏ ਕੌਰ ਸਾਹਿਬ ਨੇ ਜੋ ਉਹਨਾਂ ਨੇ ਵਿਧਾਇਕ ਬਣਨ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ, ਭਾਵੇਂ ਬੇਅਦਬੀ ਦਾ ਵਾਅਦਾ ਹੋਏ ਕਿ ਇਨਸਾਫ ਮਿਲੇਗਾ ਲੋਕਾਂ ਨੂੰ, ਲੇਕਿਨ ਉਹ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦੇਖੋ, ਮੈਂ ਤੁਹਾਨੂੰ ਪਿੱਛੇ ਗੱਲ ਕਰਾਂ, ਸਾਰੀਆਂ ਚੀਜ਼ਾਂ ਯਕਦਮ ਨਹੀਂ ਹੋ ਸਕਦੀਆਂ। ਤੁਸੀਂ ਕਹਿ ਰਹੇ ਹੋ ਕਿ ਨਸ਼ਾ ਅੱਜ ਹੀ ਖਤਮ ਹੋ ਜਾਏ, ਬੇਰੁਜ਼ਗਾਰੀ ਅੱਜ ਹੀ ਖਤਮ ਹੋ ਜਾਏ। ਦੇਖਿਆ ਜਾਂਦਾ ਕਿ ਉੱਥੇ ਜਦੋਂ ਵੀ ਸਾਡੀ ਸਰਕਾਰ ਬਣੀ ਹੈ, ਅਸੀਂ ਕਿੰਨੇ ਪਰਸੈਂਟ ਕੰਮ ਕੀਤਾ, ਉਹ ਗ੍ਰਾਫ ਅਪਲਿਫਟ ਅਸੀਂ ਕਰ ਰਹੇ ਹੈਗੇ ਹਾਂ। ਕੁੰਵਰ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਹੈਗੇ ਸੀ, ਹੁਣ ਉਹਨੂੰ ਲੈ ਕੇ ਵੀ ਕਹਾਂਗਾ, ਉਹ ਤਾਂ ਸਰਕਾਰ ਦੇ ਏਜੰਡੇ 'ਚ ਹੈ, ਹਰ ਚੀਜ਼ ਪੂਰੀ ਹੋਣੀ ਹੈ, ਪੂਰੀ ਹੋ ਕੇ ਰਹਿਣੀ ਹੈਗੀ ਹੈ। ਜੋ ਸੋਚਦੇ ਉਹ ਵੀ ਹੋਏਗਾ ਹੀ ਹੋਏਗਾ, ਸਰਕਾਰ ਸਪੇਅਰ ਨਹੀਂ ਕਰ ਸਕਦੀ ਕਿਸੇ ਨੂੰ, ਲੇਕਿਨ ਟਾਈਮ ਹੋ ਸਕਦਾ ਹੈਗਾ, ਕੁਛ ਟਾਈਮ ਲੱਗ ਜਾਏ। ਗੱਠਜੋੜ ਜਿਹੜਾ ਕਾਂਗਰਸ ਨਾਲ ਤੁਹਾਡਾ ਹੋ ਰਿਹਾ ਸੀ, ਹਾਲਾਂਕਿ ਜਿਹੜੇ ਆਲਾ ਨੇਤਾ ਕਹਿੰਦੇ ਆ ਕਿ ਸਾਡਾ ਗੱਠਜੋੜ ਹੋ ਚੁੱਕਿਆ ਵਾ, ਲੇਕਿਨ ਜ਼ਮੀਨੀ ਪੱਧਰ 'ਤੇ ਨਜ਼ਰ ਨਹੀਂ ਆ ਰਿਹਾ। ਕੀ ਲੱਗਦਾ ਕਿ ਗੱਠਜੋੜ ਅਗਰ ਹੁੰਦਾ ਤਾਂ ਉਸਦਾ ਫਾਇਦਾ ਮਿਲੇਗਾ, ਮਾਇਨੇ ਕੀ ਹੈ? ਦੇਖੋ, ਪੰਜਾਬ 'ਚ ਜੋ ਇਸ ਵੇਲੇ ਦੇ ਸਿਚੁਏਸ਼ਨ ਹੈ ਕਰੰਟ, ਜੋ ਮੈਂ ਲੋਕਾਂ ਦਾ ਵਿਊ ਦੇਖਾਂ, ਅਤੇ ਉਹ ਦੇਖ ਕੇ ਤਾਂ ਲੱਗਦਾ ਹੈ ਕਿ ਅਸੀਂ ਸਾਰੀਆਂ ਸੀਟਾਂ ਜਿੱਤ, ਆਮ ਆਦਮੀ ਪਾਰਟੀ ਐਸ ਆਪਣੇ ਆਪ ਸਕਸ਼ਮ ਹੈ ਸਾਰੀਆਂ ਸੀਟਾਂ 'ਤੇ ਚੁਣਾਵ ਲੜ ਕੇ ਉਹ ਸੀਟਾਂ ਜਿੱਤਣ ਦੇ ਵਿੱਚ, ਕਿਉਂਕਿ ਲੋਕਾਂ ਨੂੰ ਪਤਾ ਮੈਂ ਰੋਜ਼ ਲੋਕਾਂ ਦੇ ਵਿੱਚ ਹੀ ਰਹਿੰਦਾ ਹੈਗਾ, ਜ਼ਮੀਨੀ ਪੱਧਰ 'ਤੇ ਮੈਂ ਜੁੜਿਆ ਹੋਇਆ ਹੈਗਾ। ਮੇਰੇ ਲੋਕਾਂ 'ਚੋਂ ਕਿਤੇ ਵੀ ਜਾਂਦਾ ਆਉਂਦਾ, ਮੈਂ ਪੁੱਛਦਾ ਕਿ ਤੁਸੀਂ ਕੀ ਫੀਲ ਕਰਦੇ ਹੋ, ਕੀ ਤੁਹਾਨੂੰ ਲੱਗਦਾ, ਤਾਂ ਹਰ ਪਾਸੇ ਤੋਂ ਪੋਜ਼ਿਟਿਵਿਟੀ ਹੈ। ਔਰ ਮੇਰਾ ਮੰਨਣਾ ਹੈ ਕਿ ਆਉਣ ਵਾਲੇ ਟਾਈਮ, ਹਾਂ ਅਸੀਂ ਇਲੈਕਸ਼ਨ ਲੜਦੇ ਹਾਂ, ਮਾਨ ਸਾਹਿਬ ਨੇ ਕਿਹਾ 13-0, ਬਿਲਕੁਲ ਬਿਲਕੁਲ ਸਹੀ ਕਹਿ ਰਹੇ ਨੇ, 13-0 ਦਾ ਮਤਲਬ 13-0 ਹੀ ਹੈ, ਔਰ ਐਸਾ ਹੀ ਹੋਏਗਾ, ਕਾਂਗਰਸ 0 ਹੀ ਹੈ। ਲੇਕਿਨ ਫਿਰ ਵੀ ਮੈਂ ਕਹਾਂਗਾ, ਜੇ ਸਾਡੀ ਹਾਈਕਮਾਨ ਕੇਜਰੀਵਾਲ ਸਾਹਿਬ ਉੱਪਰ ਜਿਹੜੀ ਕਮੇਟੀ ਹੈ ਕੋਈ ਵੀ ਫੈਸਲਾ ਲੈਂਦੀ ਹੈ, ਤਾਂ ਅਸੀਂ ਤੁਹਾਨੂੰ ਓਬੇ ਕਰਾਂਗੇ, ਪਾਰਟੀ ਓਬੇ ਕਰੇਗੀ, ਸਾਰੇ ਓਬੇ ਕਰਨਗੇ। ਪਿਛਲੇ ਦਿਨੀ ਜਿਹੜੇ ਚੁਣਾਵ ਹੋਏ ਆ 5 ਸਟੇਟਾਂ ਦੇ ਵਿੱਚ, ਉਹਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਬਹੁਤ ਬੁਰੇ ਹਾਲਾਤ ਹੋਏ। ਠੀਕ ਠੀਕ ਹੈ, ਜਿਹੜੇ ਪਿਛਲੀ ਸਟੇਟਾਂ ਦੇ ਇਲੈਕਸ਼ਨ ਹੋਏ ਹੈਗੇ ਆ, ਉਹ ਦੇਖੋ ਅਸੀਂ ਉਸ ਇਲੈਕਸ਼ਨਸ ਨੂੰ ਕੋਈ ਇੰਟਰਨਲ ਰਣਨੀਤੀ ਦੇ ਤਹਿਤ ਛੋੜ ਹੀ ਦਿੱਤਾ ਹੈਗਾ, ਕਿਉਂਕਿ ਮੈਂ ਜਾ ਰਿਹਾ ਸੀ ਰਾਜਸਥਾਨ 'ਚ, ਮੱਧ ਪ੍ਰਦੇਸ਼, ਮੈਂ ਵੀ ਕੰਪੇਨਿੰਗ ਕੀਤੀ ਹੈਗੀ। ਲੇਕਿਨ ਇੱਕ ਗੱਲ ਦੱਸਾਂ ਕਿ ਇੱਕ ਮਹੀਨਾ ਪਹਿਲਾਂ ਮੈਂ ਵੀ ਨਹੀਂ ਗਿਆ, ਪਾਰਟੀ ਨੇ ਭੇਜਿਆ,
ਔਰ ਕਿਤੇ ਨਾ ਕਿਤੇ ਅਸੀਂ ਕੋਸ਼ਿਸ਼ ਕੀਤੀ ਸੀ ਕਾਂਗਰਸ ਨੂੰ ਐਡਵਾਂਟੇਜ ਦੇਣ ਦੀ ਕਿ ਲੋਕਾਂ ਨੂੰ ਵੀ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਵੋਟਾਂ ਵਟੀਆਂ ਨਾ ਜਾਣ ਬੀਜੇਪੀ, ਲੇਕਿਨ ਬਹੁਤ ਸਟਰੋਂਗਲੀ ਕਹਿਣਾ ਚਾਹੁੰਦਾ ਕਾਂਗਰਸ ਵੀ ਪਰਫੋਰਮ ਨਹੀਂ ਕਰ ਪਾਈ। ਸਰ ਆਉਣ ਵਾਲੇ ਟਾਈਮ 'ਚ ਹਰਿਆਣਾ ਇਲੈਕਸ਼ਨ ਹੈ, ਅਸੀਂ ਇੰਡੀਪੈਂਡੈਂਟ ਲੜਾਂਗੇ, ਆਪਣੇ ਦਮ ਤੇ ਲੜਾਂਗੇ, ਔਰ ਹਰਿਆਣਾ ਪੰਜਾਬ ਜਿਸ ਤਰ੍ਹਾਂ ਸਾਨੂੰ ਬਹੁਮਤ ਮਿਲਿਆ ਪੰਜਾਬ 'ਚ, ਇਸ ਤਰ੍ਹਾਂ ਹਰਿਆਣਾ ਵੀ ਬਹੁਮਤ ਮਿਲਣ ਵਾਲਾ। ਲੇਕਿਨ ਇੱਕ ਚੀਜ਼ ਵੇਖੀਏ, ਪਿਛਲੇ ਇਲੈਕਸ਼ਨਾਂ 'ਚ ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਵਿਧਾਨ ਸਭਾ 'ਚ, ਉਹਦੇ 'ਚ ਤੁਸੀਂ ਤੁਹਾਡੀ ਫਾਈਟ ਕਾਂਗਰਸ ਨਾਲ ਸੀ, ਲੇਕਿਨ ਹੁਣ ਅਗਰ ਗੱਠਜੋੜੀ ਕਾਂਗਰਸ ਨਾਲ ਹੋ ਜਾਏਗਾ ਤੇ ਫਿਰ ਕਿਵੇਂ ਇੱਕ ਦੂਸਰੇ ਨੂੰ ਹਰਾਉਣ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਉਮੀਦਵਾਰ ਇੱਕ ਦੂਜੇ ਨੂੰ ਹੀ ਹਰਾਓਗੇ? ਕਿਉਂਕਿ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਹੁੰਦਾ ਹੈਗਾ, ਇਲੈਕਸ਼ਨ ਤਿੰਨ ਸਤਰ ਤੇ ਚੱਲਦਾ ਹੈ, ਨੈਸ਼ਨਲ ਲੈਵਲ, ਸਟੇਟ ਲੈਵਲ ਔਰ ਡਿਸਟ੍ਰਿਕਟ ਲੈਵਲ, ਸਿਟੀ ਲੈਵਲ ਜਿਹਨੂੰ ਤੁਸੀਂ ਕਾਰਪੋਰੇਸ਼ਨ ਦੇ ਇਲੈਕਸ਼ਨਸ ਕਹਿ ਦਿੰਦੇ ਹੋ, ਵਿਧਾਨ ਸਭਾ ਇਲੈਕਸ਼ਨ ਕਹਿ ਦਿਓ। ਆ ਸਾਡਾ ਗੱਠਜੋੜ ਜੇ ਰਹੇਗਾ ਤੇ ਉਹ ਨੈਸ਼ਨਲ ਲੈਵਲ ਤੇ ਹੋਏਗਾ, ਸਟੇਟ ਲੈਵਲ ਔਰ ਕਾਰਪੋਰੇਸ਼ਨ ਲੈਵਲ ਤੇ ਬਿਲਕੁਲ ਵੀ ਨਹੀਂ ਹੈ। ਆ ਗੱਲ ਬਹੁਤ ਕਲੀਅਰ ਹੈ, ਨੈਸ਼ਨਲ ਲੈਵਲ ਤੇ ਹਰਿਆਣਾ ਦੇ ਇਲੈਕਸ਼ਨ ਵੀ ਬੇਸ਼ੱਕ ਹੋਣ, ਉਹ ਵੀ ਅਸੀਂ ਸਟੇਟ ਲੈਵਲ ਤੇ ਅਸੀਂ ਆਪਣੇ ਬਲਬੂਤੇ ਤੇ ਲੜਨੇ ਆ, ਦਿੱਲੀ ਦੇ ਇਲੈਕਸ਼ਨ ਆ ਆਪਣੇ ਬਲਬੂਤੇ ਤੇ ਲੜਨੇ ਆ। ਨੈਸ਼ਨਲ ਇਲੈਕਸ਼ਨ ਦੀ ਗੱਲ ਹੋ ਰਹੀ ਹੈ, ਜਿਹੜਾ ਅਲਾਇੰਸ ਬਣਿਆ ਇੰਡੀਆ ਅਲਾਇੰਸ ਬਣਿਆ ਉਹ ਨੈਸ਼ਨਲ ਲੈਵਲ ਅਲਾਇੰਸ ਹੈ। ਆਪਾਂ ਕੱਲ ਕੁਲਦੀਪ ਧਾਰੀਵਾਲ ਜੀ ਨਾਲ ਵੀ ਗੱਲ ਕੀਤੀ ਹੈ, ਉਹ ਕਹਿੰਦੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਸਰਵੇ ਚੱਲ ਰਿਹਾ ਵਾ, ਕਰੀਬ 40 ਲੋਕਾਂ ਦਾ ਸਰਵੇ ਕੀਤਾ ਜਾ ਰਿਹਾ। ਓਕੇ, ਕੀ ਲੱਗਦਾ ਕਿ ਅੰਮ੍ਰਿਤਸਰੋਂ ਕਿਹਨੂੰ ਸੀਟ ਮਿਲ ਸਕਦੀ ਹੈ? ਦਾਅਵੇਦਾਰ ਪਾਰਟੀ, ਮੈਂ ਤਾਂ ਸਮਝਦਾ ਪਾਰਟੀ ਦੇ ਕਾਫੀ ਦਾਅਵੇਦਾਰ ਨੇ ਤੇ ਪਾਰਟੀ ਜਿਹਨੂੰ ਵੀ ਕਰੇਗੀ ਇਲੈਕਸ਼ਨ ਜਿੱਤਿਆ ਜਾਏਗਾ। ਦੈਟਸ ਵੈਰੀ ਕਲੀਅਰ, ਪਾਰਟੀ ਸੋਚ ਸਮਝ ਕੇ ਨਿਰਣੇ ਕਰੇਗੀ, ਜਿਹੜੇ 20 ਵਿਅਕਤੀ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰੇਗੀ, ਲੋਕ ਤਿਆਰ ਹੈ, ਸਿਰਫ ਸਟੈਂਪ ਹੀ ਲੱਗਣੀ ਹੈਗੀ ਹੈ। ਇੰਪਰੂਵਮੈਂਟ ਟਰੱਸਟ ਜਿਹੜਾ ਹੈਗਾ ਉਹ ਇੱਕ ਪੈਸਿਆਂ ਦਾ, ਜਾਂ ਫਿਰ ਬਿਕਰਮ ਮਜੀਠੀਆ ਦੀ ਗੱਲ ਕਰੀਏ, ਹਮੇਸ਼ਾ ਆਮ ਆਦਮੀ ਪਾਰਟੀ ਦੁਆਰਾ ਜਿਹੜੇ ਵਾਅਦੇ ਕੀਤੇ ਗਏ ਸੀ, ਜਦੋਂ ਡਰੱਗਸ ਨਾਲ ਕਿਸੇ ਦੀ ਮੌਤ ਹੁੰਦੀ ਹੈ ਉਹਨਾਂ ਦੇ ਘਰ ਜਾ ਕੇ ਵੀ ਸਹਾਨੁਭੂਤੀ ਜਿਤਾਉਂਦੇ ਆ, ਕੀ ਕਹੋਗੇ ਇਹਦੇ ਬਾਰੇ? ਦੇਖੋ, ਜਿਸ ਵੇਲੇ ਕਾਂਗਰਸ ਦੀ ਸਰਕਾਰ ਸੀ, ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਵੀ ਡਰੱਗਸ ਤੋਂ ਹੋ ਰਹੀ ਸੀ। ਆ ਕਿਆ ਲੋਕ ਉਹਨਾਂ ਦੇ ਘਰ ਤੱਕ ਗਏ? ਆ ਉਹਨਾਂ ਦੇ ਘਰ ਤੱਕ ਗਏ? ਕੁਐਸਚਨ ਉੱਠਦਾ ਹੈਗਾ। ਅੱਜ ਹੈ ਸਾਨੂੰ ਅੱਜ ਕੱਲ੍ਹ ਦਾ ਬਹੁਤ ਦੁੱਖ ਹੈਗਾ, ਕੋਈ ਮੌਤ ਡਰੱਗ ਦੇ ਨਾਲ ਨਹੀਂ ਹੋਣੀ ਚਾਹੀਦੀ। ਫਿਰ ਕਦਮਾ ਜਿਹੜੇ ਉਹਦੇ ਵਿਅਕਤੀ ਦੋਸ਼ੀ ਹੈ ਉਸ ਵਿਅਕਤੀ ਨੂੰ ਦੇ ਮਰਨ ਦੇ ਵਿੱਚ ਸਰ ਛੋੜਾਂਗੇ ਨਹੀਂ, ਬਿਲਕੁਲ ਨਹੀਂ ਸਪੇਅਰ ਹੋਣਗੇ। ਆ ਸਹਾਨੁਭੂਤੀ ਨੇ ਦਾ ਕੰਮ ਨਹੀਂ ਹੈ, ਸਹਾਨੁਭੂਤੀ ਸਾਨੂੰ ਵੀ ਹੈ, ਲੇਕਿਨ ਅਸੀਂ ਕਰਕੇ ਦਿਖਾਉਣਾ ਔਰ ਕਰ ਦੇਣਾ ਕਿ ਨਸ਼ਾ ਪੰਜਾਬ 'ਚ ਇੱਕ ਬੀਤਾ ਅਧਿਆਇ ਹੈ ਸੀ। ਇਹਨਾਂ ਨੇ ਕੈਂਸਰ ਬਹੁਤ ਦੇਰ ਦਾ ਕੈਂਸਰ ਚੱਲ ਰਿਹਾ, 20-25 ਸਾਲ ਦਾ ਚੱਲ ਰਿਹਾ, ਤੁਹਾਨੂੰ ਵੀ ਪਤਾ, ਅੰਮ੍ਰਿਤਸਰ ਦਾ ਵੀ ਤੁਹਾਨੂੰ ਪਤਾ ਅੱਛੇ ਤਰੀਕੇ ਨਾਲ, ਜਿੱਦਾਂ ਅਸੀਂ ਕੰਟਰੋਲ ਕਰ ਰਹੇ ਹਾਂ, ਅਸੀਂ ਇਹਨੂੰ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਹੀ ਕੰਟਰੋਲ ਕਰ ਰਹੇ ਹਾਂ। ਆਖਰੀ ਸਵਾਲ, ਕਾਂਗਰਸ, ਭਾਜਪਾ, ਅਕਾਲੀ ਦਲ, ਆਮ ਆਦਮੀ ਪਾਰਟੀ, ਚਾਰ ਪਾਰਟੀਆਂ ਹੁਣ ਲੋਕ ਸਭਾ ਇਲੈਕਸ਼ਨ ਲੜੇਗੀ, ਕੀ ਲੱਗਦਾ ਕਿ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ? ਕਿਉਂਕਿ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਬਹੁਤ ਫਰਕ ਹੈ। ਬਹੁਤ ਫਰਕ ਹੈਗਾ, ਮੈਂ ਮੰਨਦਾ ਹੈਗਾ, ਲੇਕਿਨ ਪੰਜਾਬ ਦੇ ਲੋਕ ਅੱਜ ਆਮ ਆਦਮੀ ਪਾਰਟੀ ਨਾਲ ਪੂਰੀ ਦ੍ਰਿੜਤਾ ਨਾਲ ਖੜੇ ਹੈ। ਲੋਕਾਂ ਨੂੰ ਪਤਾ ਹੈ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ 'ਚ ਆਈ ਹੈ, ਇੱਕ ਸਦਭਾਵ ਦਾ ਮਾਹੌਲ ਹੈ, ਇੱਕ ਭਾਈਚਾਰੇ ਦਾ ਮਾਹੌਲ ਹੈ, ਇੰਨਾ ਤੁਸੀਂ ਪੰਜਾਬ ਸੁਖਾਵਾਂ ਨਹੀਂ ਦੇਖਿਆ
ਮੈਨੂੰ ਵੀ ਇੱਥੇ ਰਹਿੰਦੇ ਹੋਗੇ, ਅਸੀਂ ਵੀ ਅੰਮ੍ਰਿਤਸਰ 'ਚ ਰਹਿ ਰਹੇ ਹਾਂ, ਪੰਜਾਬ 'ਚ ਰਹਿ ਰਹੇ ਹਾਂ ਸ਼ੁਰੂ 'ਤੇ, ਤੁਸੀਂ ਵੀ ਰਹਿ ਰਹੇ ਹੋ, ਅੱਜ ਕਿੰਨਾ ਭਾਈਚਾਰੇ ਦਾ ਮਾਹੌਲ ਹੈ। ਕਈਆਂ ਤਾਕਤਾਂ ਨੇ ਵਿਗਾੜਨ ਦੀ ਕੋਸ਼ਿਸ਼ ਵੀ ਕੀਤੀ, ਤੁਸੀਂ ਵੀ ਦੇਖਿਆ ਅਸੀਂ ਉਹਨੂੰ ਕਿੱਦਾਂ ਹੈਂਡਲ ਕੀਤਾ ਹੈਗਾ। ਤੋ ਸਰ, ਲੋਕਾਂ ਨੂੰ ਇਹਨਾਂ ਦੇ ਪਤਾ ਹੈ ਕਿ ਆਹ ਰਾਜਨੀਤੀ ਕਿਸ ਤਰ੍ਹਾਂ ਕਰਦੇ ਆ, ਪਾਰਟੀਆਂ ਜਾਤ ਪਾਤ ਦੀਆਂ ਕਿਸ ਤਰ੍ਹਾਂ ਰਾਜਨੀਤੀ ਕਰਦੀਆਂ। ਅਸੀਂ ਰਾਜਨੀਤੀ ਕਰ ਰਹੇ ਹਾਂ ਲੋਕਾਂ ਦੇ ਪਿਆਰ ਦੀ, ਲੋਕਾਂ ਦੇ ਕੰਮਾਂ ਦੀ, ਔਰ ਲੋਕਾਂ ਦੇ ਵਾਸਤੇ ਰਾਜਨੀਤੀ ਕਰ ਰਹੇ ਹਾਂ। ਫਿਰ ਕਹਿ ਦਵਾਂ ਸਾਡਾ ਇੱਥੇ ਰਾਜਨੀਤੀ ਕਰਨ ਦਾ ਪ੍ਰਸ਼ਨ ਨਹੀਂ ਹੈ ਜਿੱਦਾਂ ਪਾਰਟੀਆਂ ਕਰਦੀਆਂ। ਸਾਡਾ ਇੱਕੋ ਹੀ ਲਕਸ਼ ਹੈ, ਪੰਜਾਬ ਗੁਰੂਆਂ ਦੀ ਨਗਰੀ, ਪੀਰਾਂ ਦੀ ਧਰਤੀ ਹੈਗੀ ਹੈ, ਸਾਰਾ ਸਾਡੇ ਗੁਰੂਆਂ ਦੀ ਧਰਤੀ ਹੈ ਪੰਜਾਬ। ਔਰ ਅਸੀਂ ਇਹਨੂੰ ਜਿੱਦਾਂ ਮਾਨ ਸਾਹਿਬ ਕਹਿੰਦੇ ਰੰਗਣਾ ਪੰਜਾਬ ਬਣਾਉਣਾ ਹੈਗਾ, ਕੋਈ ਸਿਆਸਤ ਨਹੀਂ ਹੈ, ਅਸੀਂ ਇਹਨਾਂ ਨੂੰ ਆਪਣੀ ਸਿਆਸਤ ਕਰਦੇ ਰਹਿਣ ਦਿਓ। ਇਹਨਾਂ ਨੇ ਸਿੱਖਿਆ ਹੀ ਆ ਸਰ, ਇਹਨਾਂ ਨੇ ਕੰਮ ਕਰਨਾ ਥੋੜ੍ਹੀ ਸਿੱਖਿਆ ਲੋਕਾਂ ਦਾ, ਇਹਨਾਂ ਨੇ ਨਹੀਂ ਸਿੱਖਿਆ, ਇਹਨਾਂ ਨੇ ਜੋ ਸਿੱਖਿਆ ਉਹ ਆ ਕਰਨਗੇ, ਜੋ ਅਸੀਂ ਸਿੱਖਿਆ ਸਾਨੂੰ ਆਹੀ ਸਿੱਖਿਆ ਹੈਗਾ ਕਿ ਪੰਜਾਬ ਅਸੀਂ ਜਿਹੜੀ ਪਵਿੱਤਰ ਧਰਤੀ ਗੁਰੂਆਂ ਦੀ, ਅਸੀਂ ਇਹਨੂੰ ਬਿਲਕੁਲ ਹਰ ਲਿਹਾਜ਼ ਨਾਲ ਖੁਸ਼ਹਾਲ ਰੰਗਲਾ ਬਣਾਈਏ, ਕਰਪਸ਼ਨ ਫਰੀ ਕਰੀਏ, ਡਰੱਗ ਮੁਕਤ ਕਰੀਏ, ਜਿੰਨੀ ਵੀ ਸਾਡੀ ਐਫਰਟ ਲੱਗੇ ਅਸੀਂ ਪੂਰੀ ਲਗਾਵਾਂਗੇ। ਔਰ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹ ਰਿਹਾ ਕਿ ਆਮ ਆਦਮੀ ਪਾਰਟੀ ਤੁਹਾਡੇ ਸੁਪਨੇ ਆ, ਸਾਡੇ ਪੰਜਾਬ ਵਾਸਤੇ ਬਹੁਤ ਬੜੇ ਸੁਪਨੇ ਹੈਗੇ ਆ, ਸਾਡੇ ਬਹੁਤ ਬੜੇ ਸੁਪਨੇ ਹੈ, ਉਹ ਸੁਪਨੇ ਸ਼ਾਇਦ ਤੁਸੀਂ ਵੀ ਨਹੀਂ ਦੇਖੇ, ਤੁਹਾਡੀ ਜੋ ਅਸੀਂ ਉਸ ਤੋਂ ਵੀ ਅੱਗੇ ਸੋਚ ਰਹੇ ਔਰ ਕਰਕੇ ਦਿਖਾਉਣਾ, ਗੱਲਾਂ ਨਹੀਂ ਕਰਨੀਆਂ ਬਿਲਕੁਲ ਕਰਕੇ ਦਿਖਾਉਣਾ। ਤੁਸੀਂ ਆਉਣ ਵਾਲੇ 5-6 ਮਹੀਨੇ ਬਾਅਦ ਤੁਹਾਨੂੰ ਚੇਂਜ, ਮੇਰੇ ਨਾਲ ਗੱਲ ਕਰੂੰਗਾ, ਤੁਹਾਨੂੰ ਚੇਂਜ ਲੱਗੇਗਾ, ਤੁਸੀਂ ਕਹੋਗੇ ਤਲਵਾਰ ਸਾਹਿਬ ਵਾਕਈ ਚੇਂਜ ਹੈ। ਫਿਰ 6 ਮਹੀਨੇ ਬਾਅਦ ਚੇਂਜ ਹੈ, ਜੇ ਨਹੀਂ ਲੱਗਦਾ ਤਾਂ ਸਰ ਅਸੀਂ ਨਹੀਂ ਕੁਛ ਕਰ ਰਹੇ। ਅਸੀਂ ਤਾਂ ਆਪਣੇ ਆਪ ਦੀ ਸਮੀਖਿਆ ਹਰ ਮਹੀਨੇ ਮੈਂ ਤਾਂ ਕਰ ਰਿਹਾ, ਆਪਣੀ ਡਿਪਾਰਟਮੈਂਟ ਦੀ ਸਮੀਖਿਆ ਕਰ ਰਹੇ ਹਾਂ, ਮੈਂ ਕਿੱਥੇ ਖੜਾ। ਇੱਦਾਂ ਸਾਡੇ ਸਾਰੇ MLA ਮੰਤਰੀ ਮਾਨ ਸਾਹਿਬ ਸਾਰੇ ਸੈਲਫ ਸਮੀਖਿਆ ਕਰ ਰਹੇ ਹੈਗੇ ਆ, ਉਹ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ। ਪਰ ਉਹ ਚੇਂਜ ਜਿਹੜਾ ਤੁਸੀਂ ਕਿਹਾ, ਉਹ ਚੇਂਜ ਹੋਏਗਾ ਕੀ? ਪੰਜਾਬ ਲੋਕ ਖੁਸ਼ ਰਹਿਣ, ਪੰਜਾਬ 'ਚ ਲੋਕਾਂ ਦੀ ਸਮੱਸਿਆ ਨਾ ਰਹੇ, ਨਾ ਹੈਲਥ ਨੂੰ ਲੈ ਕੇ, ਨਾ ਐਜੂਕੇਸ਼ਨ ਨੂੰ ਲੈ ਕੇ, ਨਾ ਬਿਜਲੀ ਨੂੰ ਲੈ ਕੇ, ਨਾ ਬੇਰੁਜ਼ਗਾਰੀ ਨੂੰ ਲੈ ਕੇ, ਨਾ ਨਸ਼ੇ ਨੂੰ ਲੈ ਕੇ। ਲਾਅ ਐਂਡ ਆਰਡਰ ਵਧੀਆ ਵਧੀਆ ਬਹੁਤ ਵਧੀਆ ਕਰਨਾ। ਔਰ ਸਭ ਤੋਂ ਬੜੀ ਗੱਲ, ਪੰਜਾਬ ਨੂੰ ਕੂੜਾ ਮੁਕਤ ਕਰਨਾ। ਮੈਂ ਤਾਂ ਤਾਂ ਧੰਨਿਆ ਹੈਗਾ ਕਿ ਅੰਮ੍ਰਿਤਸਰ ਸਾਹਿਬ ਨੂੰ, ਗੁਰੂਆਂ ਦੀ ਨਗਰੀ ਹੈ, ਹਰਿਮੰਦਰ ਸਾਹਿਬ ਇੱਥੇ ਹੈ, ਸਰ ਇੱਥੇ ਕੂੜੇ ਦਾ ਕੰਮ ਨਹੀਂ ਹੋਣਾ ਚਾਹੀਦਾ। ਕੂੜੇ ਦਾ ਕੀ ਮਤਲਬ ਹੋਇਆ ਇਹ ਸ਼ਹਿਰ 'ਚ, ਕਿਉਂ ਕੂੜੇ ਦਾ ਮਤਲਬ ਹੋਇਆ? ਬਿਲਕੁਲ ਆਉਣ ਵਾਲੇ ਟਾਈਮ 'ਚ ਮੇਰਾ ਤਾਂ ਪੂਰਾ ਪ੍ਰਯਾਸ ਰਹੇਗਾ ਕਿ ਆਉਣ ਵਾਲੇ 6 ਮਹੀਨੇ 'ਚ ਤਾਂ ਮੈਂ ਕਚਰਾ ਫਰੀ ਕਰ ਦੂੰਗਾ। ਬਹੁਤ ਬਹੁਤ ਧੰਨਵਾਦ ਅਸ਼ੋਕ ਜੀ, ਤੁਹਾਡਾ ਬਹੁਤ। ਇਹ ਸਨ ਅਸ਼ੋਕ ਤਲਵਾਰ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਦੁਆਰਾ ਵਾਅਦੇ ਲੋਕਾਂ ਨਾਲ ਕੀਤੇ ਗਏ ਸੀ, ਉਹ ਵਾਅਦੇ ਪੂਰੇ ਹੋਣਗੇ। ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ 13 ਦੀ 13 ਸੀਟਾਂ 'ਤੇ ਜਿੱਤ ਦਰਜ ਕਰੇਗੀ। ਅਮਿਤ ਸ਼ਰਮਾ, ਪੰਜਾਬ ਤੱਕ, ਅੰਮ੍ਰਿਤਸਰ।